ਪੰਜਾਬ ਵਿੱਚ ਸਭ ਤੋਂ ਬਹਾਦਰ ਮੰਨੀ ਜਾਣ ਵਾਲੀ ਕੌਮ ਮਜਵੀ ਸਿੱਖ ਮੌਜੂਦਾ ਸਥਿਤੀ ਵਿੱਚ ਸਭ ਤੋਂ ਵੱਧ ਪਛੜੇ ਪਾੰਦਾ ਸ਼ਿਕਾਰ ਹੋ ਚੁੱਕੇ ਹਨ ਇਸ ਦਾ ਜ਼ਿੰਮੇਵਾਰ ਕੌਣ ਹੈ ਕੀ ਬ੍ਰਾਹਮਣਵਾਦ ਜ਼ਿੰਮੇਵਾਰ ਹੈ ਕੀ ਜੱਟਵਾਦ ਜ਼ਿੰਮੇਵਾਰ ਹੈ ਕੀ ਚਮਾਰਵਾਦ ਜ਼ਿੰਮੇਵਾਰ ਹੈ ਕੀ ਮਜਵੀ ਸਿੱਖ ਇਮਾਨਦਾਰ ਹੋਣ ਕਰਕੇ ਜਾਂ ਬਹਾਦਰ ਹੋਣ ਕਰਕੇ ਇਸ ਦੀ ਸਜ਼ਾ ਭੁਗਤ ਰਹੇ ਹਨ ਜੇ ਕੀ ਇਹ ਸਜ਼ਾ ਉਹ ਆਪਣੀ ਮੂਰਖਤਾ ਕਰਕੇ ਭੁਗਤ ਰਹੇ ਹਨ ਇਸ ਦਾ ਵਿਸ਼ਲੇਸ਼ਣ ਕਿਉਂ ਨਹੀਂ ਕੀਤਾ ਗਿਆ ਜੇ ਬ੍ਰਾਹਮਣਵਾਦ ਨੇ ਇਸ ਨੂੰ ਪਛਾੜਿਆ ਉਹਦੇ ਵਾਸਤੇ ਕੀ ਰਣਨੀਤੀ ਤਿਆਰ ਕੀਤੀ ਗਈ ਜੇ ਜੱਟਵਾਦ ਨੇ ਇਹਨੂੰ ਪਛਾੜਿਆ ਤੇ ਉਹਦੇ ਵਾਸਤੇ ਕੀ ਰਣਨੀਤੀ ਤਿਆਰ ਕੀਤੀ ਗਈ ਤੇ ਜੇ ਚਮਾਰਵਾਦ ਨੇ ਇਨੂੰ ਪਛਾੜਿਆ ਤੇ ਉਹਦੇ ਵਾਸਤੇ ਕੀ ਰਣਨੀਤੀ ਤਿਆਰ ਕੀਤੀ ਗਈ ਤੇ ਜੇ ਆਪਣੇ ਆਪ 'ਚ ਕਸੂਰ ਸੀ ਤੇ ਫਿਰ ਜਿਹੜਾ ਪੜਿਆ-ਲਿਖਿਆ ਵਰਗ ਸੀ ਉਹਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਕਿਉਂ ਨਹੀਂ ਵਿਸ਼ਲੇਸ਼ਣ ਕੀਤਾ ਕਿ ਬਾਬਾ ਸਾਹਿਬ ਭੀਮਰਾ ਉਮੇਦਕਰ ਜੀ ਦੇ ਜਨਮ ਦਿਹਾੜੇ ਮਨਾਉਣ ਕੀ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਮਨਾਉਣ ਤੇ ਕੀ ਗੁਰੂਆਂ ਪੀਰਾਂ ਤੇ ਸਿਧਾਂਤਾਂ ਤੇ ਸਿਰਫ ਕਹਿਣ ਵਾਸਤੇ ਵੀ ਸਾਨੂੰ ਚੱਲਣਾ ਚਾਹੀਦਾ ਸਿਰਫ ਇਹੀ ਕੰਮ ਕੀਤਾ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਕੀ ਰਿਜ਼ਰਵੇਸ਼ਨ ਦਾ ਲਾਭ ਲੈ ਕੇ ਉੱਚੀਆਂ ਅਹੁਦਿਆਂ ਤੇ ਪੜ੍ਹ ਲਿਖ ਕੇ ਪਹੁੰਚ ਕੇ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਜੇ ਇਸ ਦਾ ਵਿਸ਼ਲੇਸ਼ਣ ਅੱਜ ਤੱਕ ਨਹੀਂ ਹੋਇਆ ਤੇ ਮਜਬੂਰ ਸਿੱਖਾਂ ਦੇ ਪੜ੍ਹੇ ਲਿਖੇ ਵਰਗ ਨੂੰ ਤੇ ਉਹਨਾਂ ਦੇ ਆਗੂਆਂ ਨੂੰ ਇਹ ਮੰਨਣਾ ਪਊਗਾ ਵੀ ਮੱਝ ਵੀ ਸਿੱਖਾਂ ਦਾ ਜਿਹੜਾ ਸਭ ਤੋਂ ਪੜਿਆ ਲਿਖਿਆ ਵਰਗਾ ਜਿਹੜਾ ਆਪਣੇ ਆਪ ਨੂੰ ਸਮਝਦਾ ਜਿਨ੍ਹਾਂ ਨੇ ਰਿਜ਼ਰਵੇਸ਼ਨ ਦਾ ਲਾਭ ਲਿਆ ਤੇ ਉੱਚ ਅਹੁਦਿਆਂ ਤੇ ਪਹੁੰਚੇ ਉਹ ਸਭ ਤੋਂ ਵੱਡੇ ਮੂਰਖ ਨੇ ਤੇ ਮੱਝ ਵੀ ਸਿੱਖ ਆਪਣੇ ਕੀਤੇ ਦੀ ਸਜ਼ਾ ਖੁਦ ਭੁਗਤ ਰਹੀ ਹੈ